ਮੇਰੇ ਪਿਆਰੇ ਦੇਸ਼ ਵਾਸੀਓ ਨਮਸਕਾਰ 코로나 ਵਿਸ਼ਵ ਮਹਾਮਾਰੀ ਦੇ ਖਿਲਾਫ ਲੜਦੇ ਹੋਏ ਆਪਾਂ ਅਨਲੌਕ 2 ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਅਸੀਂ ਉਸ ਮੌਸਮ ਵਿੱਚ ਵੀ ਪ੍ਰਵੇਸ਼ ਕਰ ਰਹੇ ਹਾਂ ਜਿਸ ਵਿੱਚ ਸਰਦੀ, ਜ਼ੁਕਾਮ, ਖਾਂਸੀ, ਬੁਖਾਰ ਇਹ ਸਾਰੇ ਨਾ ਜਾਣੇ ਕੀ ਕੀ ਹੁੰਦਾ ਹੈ। ਇਹ ਮਾਮਲੇ ਵੱਧ ਜਾਂਦੇ ਨੇ। ਅਜਿਹੇ ਵਿੱਚ ਮੇਰੀ ਆਪ ਸਭ ਦੇਸ਼ਵਾਸੀਆਂ ਨੂੰ ਬੇਨਤੀ ਹੈ ਕਿ ਅਜਿਹੇ ਸਮੇਂ ਵਿੱਚ ਆਪਣਾ ਧਿਆਨ ਰੱਖੋ। ਸਾਥੀਓ ਇਹ ਗੱਲ ਸਹੀ ਹੈ ਕਿ ਜੇਕਰ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਨੂੰ ਦੇਖੀਏ ਤਾਂ ਦੁਨੀਆ ਦੇ ਅਨੇਕਾਂ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਸੰਭਲੀ ਹੋਈ ਸਥਿਤੀ ਵਿੱਚ ਹੈ ਸਮੇਂਤੇ ਕੀਤੇ ਗਏ ਲੋਕਡਾਊਨ ਅਤੇ ਹੋਰ ਨਾ ਫੈਸਲਿਆਂ ਨੇ ਭਾਰਤ ਵਿੱਚ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ ਪਰ ਅਸੀਂ ਇਹ ਵੀ ਵੇਖ ਰਹੇ ਹਾਂ ਕਿ ਜਦੋਂ ਤੋਂ ਦੇਸ਼ ਵਿੱਚ ਅਨਲੌਕ 1 ਹੋਇਆ ਹੈ ਵਿਅਕਤੀਗਤ ਅਤੇ ਸਮਾਜਿਕ ਵਿਵਹਾਰ ਵਿੱਚ ਲਾਪਰਵਾਹੀ ਜ਼ਰਾ ਵਧਦੀ ਜਾ ਰਹੀ ਹੈ ਪਹਿਲਾਂ ਅਸੀਂ ਮਾਸਕ ਨੂੰ ਲੈ ਕੇ 2 ਗਾਜ਼ ਦੀ ਦੂਰੀ ਨੂੰ ਲੈ ਕੇ 20 ਸਕਿੰਟਾਂ ਤੱਕ ਦਿਨ ਵਿੱਚ ਕਈ ਵਾਰ ਹੱਥ ਧੋਣ ਨੂੰ ਲੈ ਕੇ ਬਹੁਤ ਸੁਚੇਤ ਸੀ ਪਰ ਅੱਜ ਜਦੋਂ ਸਾਨੂੰ ਜ਼ਿਆਦਾ ਚ ਆਕਸੀ ਦੀ ਲੋੜ ਹੈ ਤਾਂ ਲਾਪਰਵਾਹੀ ਦਾ ਵਧਣਾ ਬਹੁਤ ਹੀ ਚਿੰਤਾ ਦਾ ਕਾਰਨ ਹੈ ਸਾਥੀਓ ਲਾਕਡਾਊਨ ਦੇ ਦੌਰਾਨ ਬਹੁਤ ਗੰਭੀਰਤਾ ਨਾਲ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ ਹੁਣ ਸਰਕਾਰਾਂ ਨੂੰ ਸਥਾਨਕ ਸੰਸਥਾਵਾਂ ਨੂੰ ਦੇਸ਼ ਦੇ ਨਾਗਰਿਕਾਂ ਨੂੰ ਫਿਰ ਤੋਂ ਉਸੇ ਤਰ੍ਹਾਂ ਦੀ ਚੌਕਸੀ ਦਿਖਾਉਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਕੰਟੇਨਮੈਂਟ ਜ਼ੋਨਾ ਉਸ ਉੱਪਰ ਤਾਂ ਸਾਨੂੰ ਬਹੁਤ ਧਿਆਨ ਦੇਣਾ ਹੋਵੇਗਾ। ਜੋ ਵੀ ਲੋਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ ਸਾਨੂੰ ਉਹਨਾਂ ਨੂੰ ਟੋਕਣਾ ਹੋਵੇਗਾ। ਰੋਕਣਾ ਹੋਵੇਗਾ। ਅਤੇ ਸਮਝਾਉਣਾ ਵੀ ਹੋਵੇਗਾ ਹੁਣੇ ਤੁਸੀਂ ਖਬਰਾਂ ਵਿੱਚ ਦੇਖਿਆ ਹੋਵੇਗਾ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੇ 13000 ਰੁਪਏ ਦਾ ਜੁਰਮਾਨਾ ਇਸ ਲਈ ਲੱਗ ਗਿਆ ਕਿਉਂਕਿ ਉਹ ਜਨਤਕ ਸਥਾਨ ਤੇ ਮਾਸਕ ਪੈਣੇ ਬਿਨਾ ਗਏ ਸਨ ਭਾਰਤ ਵਿੱਚ ਵੀ ਸਥਾਨਕ ਪ੍ਰਸ਼ਾਸਨ ਨੂੰ ਇਸੇ ਚੁਸਤੀ ਨਾਲ ਕੰਮ ਕਰਨਾ ਚਾਹੀਦਾ ਹੈ ਇਹ 130 ਕਰੋੜ ਦੇਸ਼ ਵਾਸੀਆਂ ਦੇ ਜੀਵਨ ਦੀ ਰਾਖੀ ਕਰਨ ਦਾ ਬਿਆਨ ਹੈ ਭਾਰਤ ਵਿੱਚ ਪਿੰਡ ਦਾ ਪ੍ਰਧਾਨ ਹੋਵੇ ਜਾਂ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਵੀ ਨਿਯਮਾਂ ਤੋਂ ਉੱਪਰ ਨਹੀਂ ਹੈ ਸਾਥੀਓ ਲਾਕਡਾਊਨ ਦੇ ਦੌਰਾਨ ਦੇਸ਼ ਦੀ ਸਰਵਉੱਚ ਤਰਜੀਹ ਰਹੀ ਅਜਿਹੀ ਸਥਿਤੀ ਨਾ ਆਵੇ ਕਿ ਕਿਸੇ ਗਰੀਬ ਦੇ ਘਰ ਵਿੱਚ ਚੁੱਲ੍ਹਾ ਨਾ ਬਲੇ ਕੇਂਦਰ ਸਰਕਾਰ ਹੋਵੇ ਰਾਜ ਸਰਕਾਰਾਂ ਹੋਣ ਸਿਵਲ ਸੁਸਾਇਟੀ ਦੇ ਲੋਕ ਹੋਣ ਸਾਰਿਆਂ ਨੇ ਪੂਰਾ ਯਤਨ ਕੀਤਾ ਕਿ ਐਨੇ ਵੱਡੇ ਦੇਸ਼ ਵਿੱਚ ਸਾਡਾ ਕੋਈ ਵੀ ਗਰੀਬ ਭਰਾ ਭੈਣ ਭੁੱਖਾ ਨਾ ਸੌਵੇ ਦੇਸ਼ ਹੋਵੇ ਜਾਂ ਵਿਅਕਤੀ ਸਮੇਤੇ ਫੈਸਲੇ ਲੈਣ ਨਾਲ ਸੰਵੇਦਨਸ਼ੀਲਤਾ ਨਾਲ ਫੈਸਲੇ ਲੈਣ ਨਾਲ ਇਸੇ ਵੀ ਸੰਕਟ ਦਾ ਮੁਕਾਬਲਾ ਕਰਨ ਦੀ ਸ਼ਕਤੀ ਅਨੇਕ ਗੁਣਾ ਵੱਧ ਜਾਂਦੀ ਹੈ ਇਸ ਲਈ ਲਾਕਡਾਊਨ ਹੁੰਦੇ ਹੀ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਲੈ ਕੇ ਆਈ ਇਸ ਯੋਜਨਾ ਦੇ ਤਹਿਤ ਗਰੀਬਾਂ ਦੇ ਲਈ ਪੌਣੇ 2 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ। ਸਾਥੀਓ ਬੀਤੇ 3 ਮਹੀਨਿਆਂ ਵਿੱਚ 20 ਕਰੋੜ ਗਰੀਬ ਪਰਿਵਾਰਾਂ ਦੇ ਜਨ ਤਨਖਾਤਿਆਂ ਵਿੱਚ ਸਿੱਧੇ 31000 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ। ਇਸ ਦੌਰਾਨ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18000 ਕਰੋੜ ਰੁਪਏ ਜਮ੍ਹਾਂ ਹੋਏ ਨੇ ਇਸ ਦੇ ਨਾਲ ਹੀ ਪਿੰਡਾਂ ਵਿੱਚ ਕਿਰਤੀਆਂ ਨੂੰ ਰੋਜ਼ਗਾਰ ਦੇਣ ਲਈ ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਅਭਿਆਨ ਤੇਜ਼ ਗਤੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਤੇ ਸਰਕਾਰ 50 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ ਲੇਕਿਨ ਸਾਥੀਓ ਇੱਕ ਹੋਰ ਵੱਡੀ ਗੱਲ ਹੈ ਜਿਸ ਨੇ ਦੁਨੀਆ ਨੂੰ ਵੀ ਹੈਰਾਨ ਕਰ ਦਿੱਤਾ ਹੈ ਹੈਰਾਨੀ ਵਿੱਚ ਡਬੋ ਦਿੱਤਾ ਹੈ ਉਹ ਇਹ ਕਿ ਕੋਰੋਨਾ ਨਾਲ ਲੜਦੇ ਹੋਏ ਭਾਰਤ ਵਿੱਚ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ 3 ਮਹੀਨੇ ਦਾ ਰਾਸ਼ਨ ਯਾਨੀ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਕਣਕ ਜਾਂ ਚਾਵਲ ਮੁਫਤ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪ੍ਰਤੀ ਪਰਿਵਾਰ ਹਰ ਮਹੀਨੇ 1 ਕਿਲੋ ਦਾਲ ਵੀ ਮੁਫਤ ਦਿੱਤੀ ਗਈ ਯਾਨੀ ਇੱਕ ਤਰ੍ਹਾਂ ਨਾਲ ਦੇਖੀਏ ਤਾਂ ਅਮਰੀਕਾ ਦੀ ਕੁੱਲ ਜਨਸੰਖਿਆ ਨਾਲੋਂ ਢਾਈ ਗੁਣਾ ਵਧੇਰੇ ਲੋਕਾਂ ਨੂੰ ਬਰਤਾਨੀਆ ਦੀ ਜਨਸੰਖਿਆ ਨਾਲੋਂ 12 ਗੁਣਾ ਵਧੇਰੇ ਲੋਕਾਂ ਨੂੰ ਅਤੇ ਯੂਰੋਪੀ ਯੂਨੀਅਨ ਦੀ ਆਬਾਦੀ ਤੋਂ ਲਗਭਗ ਦੁੱਗਣੇ ਤੋਂ ਜ਼ਿਆਦਾ ਲੋਕਾਂ ਨੂੰ ਸਾਡੀ ਸਰਕਾਰ ਨੇ ਮੁਫਤ ਅਨਾਜ ਦਿੱਤਾ ਹੈ ਸਾਥੀਓ ਅੱਜ ਮੈਂ ਇਸੇ ਨਾਲ ਜੁੜਿਆ ਇੱਕ ਮਹੱਤਵਪੂਰਨ ਐਲਾਨ ਕਰਨ ਜਾ ਰਿਹਾ ਹਾਂ ਸਾਥੀਓ ਸਾਡੇ ਇੱਥੇ ਵਰਖਾ ਰੁੱਤ ਦੇ ਦੌਰਾਨ ਅਤੇ ਉਸ ਦੇ ਬਾਅਦ ਮੁੱਖ ਤੌਰ ਤੇ ਖੇਤੀਬਾੜੀ ਸੈਕਟਰ ਵਿੱਚ ਐਗਰੀਕਲਚਰ ਸੈਕਟਰ ਵਿੱਚ ਹੀ ਜ਼ਿਆਦਾ ਕਮ ਹੁੰਦਾ ਹੈ ਹੋਰ ਨਾ ਦੂਜੇ ਸੈਕਟਰਾਂ ਵਿੱਚ ਥੋੜੀ ਸੁਸਤੀ ਰਹਿੰਦੀ ਹੈ ਜੁਲਾਈ ਤੋਂ ਹੌਲੀ-ਹੌਲੀ ਤਿਉਹਾਰਾਂ ਦਾ ਮਾਹੌਲ ਬਣਨ ਲੱਗਦਾ ਹੈ ਹੁਣ ਤੁਸੀਂ ਦੇਖਣਾ ਹੁਣ 5 ਜੁਲਾਈ ਨੂੰ ਗੁਰਪੂਰणिमा ਹੈ ਫਿਰ ਸੌਣ ਸ਼ੁਰੂ ਹੋ ਰਿਹਾ ਹੈ ਫਿਰ 15 ਅਗਸਤ ਆਏਗੀ ਰਖੜੀ ਆਵੇਗੀ, ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਆਵੇਗੀ, ਗਣੇਸ਼ ਚਤੁਰਥੀ ਆਵੇਗੀ, ਓਣਮ ਹੋਵੇਗਾ। ਅਤੇ ਅੱਗੇ ਜਾਈਏ ਤਾਂ ਕਾਟੀ ਬੀਹੂ ਹੈ, ਨਰਾਤੇ ਹਨ, ਦੁਰਗਾ ਪੂਜਾ ਹੈ, ਦਸਹਿਰਾ ਹੈ, ਦੀਵਾਲੀ ਹੈ, ਛੱਟੀ ਮਾਤਾ ਦੀ ਪੂਜਾ ਹੈ। ਤਿਉਹਾਰਾਂ ਦਾ ਇਹ ਸਮਾਂ ਜ਼ਰੂਰਤਾਂ ਵੀ ਵਧਾਉਂਦਾ ਹੈ, ਖਰਚ ਵੀ ਵਧਾਉਂਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਦਾ ਵਿਸਥਾਰ ਹੁਣ ਦੀਵਾਲੀ ਅਤੇ ਛਠ ਪੂਜਾ ਤੱਕ ਯਾਨੀ ਨਵੰਬਰ ਮਹੀਨੇ ਦੇ ਅਖੀਰ ਤੱਕ ਕਰ ਦਿੱਤਾ ਜਾਵੇਗਾ ਯਾਨੀ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਵਾਲੀ ਇਹ ਯੋਜਨਾ ਹੁਣ ਜੁਲਾਈ, ਅਗਸਤ, ਸਤੰਬਰ, ਅਕਤੂਬਰ, ਨਵੰਬਰ ਵਿੱਚ ਵੀ ਲਾਗੂ ਰਹੇਗੀ। ਸਰਕਾਰ ਵੱਲੋਂ ਇਨ੍ਹਾਂ 5 ਮਹੀਨਿਆਂ ਲਈ 80 ਕਰੋੜ ਤੋਂ ਜ਼ਿਆਦਾ ਗਰੀਬ ਭਰਾ ਭੈਣਾਂ ਨੂੰ ਹਰ ਮਹੀਨੇ ਪਰਿਵਾਰ ਦੇ ਹਰੇਕ ਮੈਂਬਰ ਨੂੰ 5 ਕਿਲੋ ਕਣਕ ਜਾਂ 5 ਕਿਲੋ ਚਾਵਲ ਮੁਫਤ ਮੁਹੱਈਆ ਕਰਵਾਇਆ ਜਾਵੇਗਾ ਅਤੇ ਨਾਲ ਹੀ ਹਰੇਕ ਪਰਿਵਾਰ ਨੂੰ ਹਰ ਮਹੀਨੇ 1 ਕਿਲੋ ਛੋਲੇ ਵੀ ਮੁਫਤ ਦਿੱਤੇ ਜਾਣਗੇ ਸਾਥੀਓ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਦੇ ਇਸ ਵਿਸਥਾਰ ਵਿੱਚ 90000 ਕਰੋੜ ਰੁਪਏ ਤੋਂ ਜ਼ਿਆਦਾ ਖਰਚ ਹੋਣਗੇ ਅਤੇ ਜੇਕਰ ਇਸ ਵਿੱਚ ਪਿਛਲੇ 3 ਮਹੀਨਿਆਂ ਦਾ ਖਰਚ ਵੀ ਜੋੜ ਦਈਏ ਤਾਂ ਇਹ ਤਕਰੀਬਨ 1.5 ਲੱਖ ਕਰੋੜ ਰੁਪਏ ਹੋ ਜਾਂਦਾ ਹੈ ਹੁਣ ਪੂਰੇ ਭਾਰਤ ਦੇ ਲਈ ਅਸੀਂ ਇੱਕ ਸੁਪਨਾ ਦੇਖਿਆ ਹੈ। ਕਈ ਸੂਬਿਆਂ ਨੇ ਬਹੁਤ ਵਧੀਆ ਕੰਮ ਵੀ ਕੀਤਾ ਹੈ। ਬਾਕੀ ਸੂਬਿਆਂ ਨੂੰ ਵੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਇਸ ਕੰਮ ਨੂੰ ਅੱਗੇ ਵਧਾਉਣ। ਅਤੇ ਕੰਮ ਕੀ ਹੈ? ਹੁਣ ਪੂਰੇ ਭਾਰਤ ਦੇ ਲਈ ਇੱਕ ਰਾਸ਼ਨ ਕਾਰਡ ਦੀ ਵਿਵਸਥਾ ਵੀ ਹੋ ਰਹੀ ਹੈ। ਯਾਨੀ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ। ਵਨ ਨੇਸ਼ਨ ਵਨ ਰਾਸ਼ਨ ਕਾਰਡ। ਇਸ ਦਾ ਸਭ ਤੋਂ ਵੱਡਾ ਲਾਭ ਉਹਨਾਂ ਗਰੀਬ ਸਾਥੀਆਂ ਨੂੰ ਮਿਲੇਗਾ ਜੋ ਰੋਜ਼ਗਾਰ ਜਾਂ ਦੂਜੀਆਂ ਜ਼ਰੂਰਤਾਂ ਲਈ ਆਪਣਾ ਪਿੰਡ ਛੱਡ ਕੇ ਕਿਤੇ ਹੋਰ ਜਾਂਦੇ ਨੇ ਕਿਸੇ ਹੋਰ ਸੂਬੇ ਵਿੱਚ ਜਾਂਦੇ ਨੇ ਸਾਥੀਓ ਅੱਜ ਗਰੀਬ ਨੂੰ ਲੋੜਵੰਦ ਨੂੰ ਸਰਕਾਰ ਜੇਕਰ ਮੁਫਤ ਅਨਾਜ ਦੇ پا ਰਹੀ ਹੈ ਤਾਂ ਉਸ ਦਾ ਵੱਡਾ ਸੇਰਾ ਮੁੱਖ ਤੌਰ ਤੇ ਦੋ ਵਰਗਾਂ ਨੂੰ ਜਾਂਦਾ ਹੈ ਪਹਿਲਾ ਸਾਡੇ ਦੇਸ਼ ਦੇ ਮਿਹਨਤੀ ਕਿਸਾਨ ਸਾਡੇ ਅੰਨਦਾਤਾ ਅਤੇ ਦੂਜਾ ਸਾਡੇ ਦੇਸ਼ ਦੇ ਇਮਾਨਦਾਰ ਟੈਕਸ ਦੇਣ ਵਾਲੇ ਤੁਹਾਡੀ ਮਿਹਨਤ ਤੁਹਾਡਾ ਸਮਰਪਣ ਹੀ ਇਸ ਦੀ ਵਜ੍ਹਾ ਨਾਲ ਦੇਸ਼ ਇਹ ਮਦਦ ਕਰ ਪਾ ਰਿਹਾ ਹੈ ਤੁਸੀਂ ਦੇਸ਼ ਦਾ ਅੰਨ ਭੰਡਾਰ ਭਰਿਆ ਹੈ ਇਸ ਲਈ ਅੱਜ ਗਰੀਬ ਦਾ ਮਜ਼ਦੂਰ ਦਾ ਚੁੱਲਾ ਬਲ ਰਿਹਾ ਹੈ ਤੁਸੀਂ ਇਮਾਨਦਾਰੀ ਨਾਲ ਟੈਕਸ ਭਰਿਆ ਹੈ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਸ ਲਈ ਅੱਜ ਦੇਸ਼ ਦਾ ਗਰੀਬ ਐਨੇ ਵੱਡੇ ਸੰਕਟ ਨਾਲ ਮੁਕਾਬਲਾ ਕਰ ਪਾ ਰਿਹਾ ਹੈ ਮੈਂ ਅੱਜ ਹਰ ਗਰੀਬ ਦੇ ਨਾਲ ਹੀ ਦੇਸ਼ ਦੇ ਹਰ ਕਿਸਾਨ ਹਰ ਟੈਕਸ ਦੇਣ ਵਾਲੇ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਸਜਦਾ ਕਰਦਾ ਹਾਂ ਸਾਥੀਓ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਯਤਨਾਂ ਨੂੰ ਹੋਰ ਤੇਜ਼ ਕਰਾਂਗੇ। ਅਸੀਂ ਗਰੀਬ, ਪੀੜਿਤ, ਦਬੇ ਕੁਚਲੇ, ਵਾਂਝੇ ਹਰ ਕਿਸੇ ਦਾ ਸ਼ਕਤੀਕਰਨ ਕਰਨ ਲਈ ਲਗਾਤਾਰ ਕੰਮ ਕਰਾਂਗੇ। ਅਸੀਂ ਸਾਰੀਆਂ ਸਾਵਧਾਨੀਆਂ ਵਰਤਦੇ ਹੋਏ ਆਰਥਿਕ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਵਾਂਗੇ। ਅਸੀਂ ਆਤਮ ਨਿਰਪਰ ਭਾਰਤ ਦੇ ਲਈ ਦਿਨ ਰਾਤ ਕੰਮ ਕਰਾਂਗੇ ਅਸੀਂ ਸਾਰੇ ਲੋਕਲ ਦੇ ਲਈ ਵੋਕਲ ਹੋਵਾਂਗੇ ਇਸੇ ਸੰਕਲਪ ਦੇ ਨਾਲ ਅਸੀਂ 130 ਕਰੋੜ ਦੇਸ਼ ਵਾਸੀਆਂ ਨੇ ਮਿਲ ਜੁਲ ਕੇ ਸੰਕਲਪ ਦੇ ਨਾਲ ਕੰਮ ਵੀ ਕਰਨਾ ਹੈ ਅੱਗੇ ਵੀ ਵਧਣਾ ਹੈ ਫੇਰ ਤੋਂ ਇੱਕ ਵਾਰ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਤੁਹਾਡੇ ਲਈ ਵੀ ਪ੍ਰਾਰਥਨਾ ਕਰਦਾ ਹਾਂ ਤੁਹਾਨੂੰ ਅਪੀਲ ਵੀ ਕਰਦਾ ਹਾਂ ਤੁਸੀਂ ਸਾਰੇ ਸਿਹਤਮੰਦ ਰਹੋ 2 ਗੱਜ ਦੀ ਦੂਰੀ ਦਾ ਪਾਲਣ ਕਰਦੇ ਰਹੋ ਗਮਚਾ ਫੇਸ ਕਵਰ ਮਾਸਕ ਇਹ ਹਮੇਸ਼ਾ ਇਸਤੇਮਾਲ ਕਰੋ ਕੋਈ ਲਾਪਰਵਾਹੀ ਨਾ ਵਰਤੋ ਇਸੇ ਅਪੀਲ ਇਸੇ ਕਾਮਨਾ ਦੇ ਨਾਲ ਮੈਂ ਆਪ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਧੰਨਵਾਦ